ਸਮਾਣਾ ਦੇ ਘੱਗਰ ਰੋਡ ਤੇ FCI ਗੋਦਾਮਾਂ ਦੇ ਸਾਹਮਣੇ ਬਿਰਕ ਓਵਰਸੀਜ਼ ਆਫਿਸ ਖੋਲਿਆ ਗਿਆ, ਜਿਸ ਦੇ ਵਿੱਚ ਤੁਸੀਂ ਕਿਸੇ ਨੇ ਬਾਹਰ ਜਾਣਾ, ਕਿਸੇ ਨੇ ਵੀਜ਼ਾ ਲਗਵਾਉਣਾ ਹੈ, ਕਿਸੇ ਨੇ ਟਿਕਟ ਲੈਣੀ ਹੈ, ਜਾਂ ਕਿਸੇ ਨੇ ਹੋਰ ਆਪਣੀ ਬੁਕਿੰਗ ਕਰਾਉਣੀ ਹੈ, ਉਸ ਦੇ ਲਈ ਲੋਕਾਂ ਨੂੰ ਸੁਵਿਧਾ ਦਿੱਤੀ ਗਈ ਹੈ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ, ਪਾਸਪੋਰਟ ਬਣਵਾਉਣਾ ਹੈ ਜਾਂ ਆਪਣੇ ਟਿਕਟ ਬੁੱਕ ਕਰਾਉਣੀ ਹੈ ਟਰੈਵਲਿੰਗ ਦੇ ਲਈ, ਇੱਥੇ ਆ ਕੇ ਬਿਰਕ ਓਵਰਸੀਜ਼ ਆਫਿਸ ਦੇ ਵਿੱਚ ਪਹੁੰਚੋ। ਕਿ ਅੱਜ ਆਪਾਂ ਦਫ਼ਤਰ ਖੋਲ੍ਹਿਆ, ਤੁਹਾਨੂੰ ਮੁਬਾਰਕਾਂ ਪਹਿਲਾਂ ਤੋਂ। ਤੁਹਾਨੂੰ ਵੀ ਬਹੁਤ ਮੁਬਾਰਕਾਂ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗੁਰੀ ਵਿਰਕ, ਆਪਾਂ ਸਮਾਣੇ ਦੇ ਵਿੱਚ ਵਿਰਕ ਓਵਰਸੀਜ਼ ਦੇ ਨਾਂ ਤੋਂ ਘੱਗਾ ਰੋਡ ਸਮਾਣਾ FCI ਗੋਦਾਮਾਂ ਦੇ ਸਾਹਮਣੇ ਵਿਰਕ ਓਵਰਸੀਜ਼ ਨਾਂ ਦਾ ਆਫਿਸ ਖੋਲ੍ਹਿਆ, ਜਿਸ ਵਿੱਚ ਆਪਾਂ ਪਾਸਪੋਰਟ ਅਪਲਾਈ ਕਰ ਸਕਦੇ ਹਾਂ, ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ। ਮੇਨ ਆਪਣਾ ਟੂਰਿਸਟ ਵੀਜ਼ਾ ਦਾ ਕੰਮ ਹੈ, ਜਿਸ ਦੇ ਵਿੱਚ ਕੋਈ ਵੀ ਕਿਸੇ ਵੀ ਕੰਟਰੀ ਦਾ ਐਡਵਾਂਸ ਨਹੀਂ ਲਿਆ ਜਾਏਗਾ। ਕਿਸੇ ਨੇ ਵੀ ਟੂਰਿਸਟ ਵੀਜ਼ਾ ਲਗਵਾਉਣਾ ਹੋਵੇ ਜਾਂ ਪਾਸਪੋਰਟ ਅਪਲਾਈ ਕਰਨਾ ਹੋਵੇ ਜਾਂ ਹੋਟਲ ਬੁਕਿੰਗ ਜਾਂ ਟਰੈਵਲ ਇੰਸ਼ੋਰੈਂਸ ਕਰਵਾਉਣਾ ਹੋਵੇ, ਸਾਡੇ ਕੋਲ ਆ ਸਕਦਾ। ਅਸੀਂ ਬਿਲਕੁਲ ਘੱਟ ਰੇਟ 'ਤੇ ਹੋਟਲ ਬੁਕਿੰਗ ਕਰਾਂਗੇ ਅਤੇ ਫਲਾਈਟ ਟਿਕਟਾਂ ਬੁੱਕ ਕਰਾਂਗੇ, ਅਤੇ ਕਿਸੇ ਤੋਂ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਕੋਈ ਵੀ ਪੈਸਾ ਐਡਵਾਂਸ ਨਹੀਂ ਲਿਆ ਜਾਏਗਾ। ਜਦੋਂ ਤੱਕ ਵੀਜ਼ਾ ਨਹੀਂ ਆਏਗਾ ਉਦੋਂ ਤੱਕ ਆਪਾਂ ਕਿਸੇ ਤੋਂ ਕੋਈ ਪੈਸਾ ਲਵਾਂਗੇ, ਬਿਲਕੁਲ 100% ਜੈਨੂਇਨ ਕੰਮ ਹੋਏਗਾ ਆਪਣਾ। ਸਭ ਤੋਂ ਪਹਿਲਾਂ ਤਾਂ ਜੀ ਗੁਰੀ ਵਿਰਕ ਜੀ ਨੂੰ ਵਿਰਕ ਓਵਰਸੀਜ਼ ਓਪਨ ਹੋਣ ਦੇ ਬਹੁਤ ਬਹੁਤ ਮੁਬਾਰਕਾਂ। ਸਮਾਰਾ ਸ਼ਹਿਰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਵਾਰ ਵਿਰਕ ਓਵਰਸੀਜ਼ ਜ਼ਰੂਰ ਵਿਜ਼ਿਟ ਕਰੋ, FCI ਦੇ ਗੋਦਾਮਾਂ ਦੇ ਅਪੋਜ਼ਿਟ ਬਿਲਕੁਲ ਘੱਗਾ ਰੋਡ ਸਮਾਣਾ ਦੇ ਵਿਖੇ ਵਿਰਕ ਓਵਰਸੀਜ਼ ਦੇ ਉੱਤੇ। ਜੇ ਅਗਰ ਕਿਸੇ ਦਾ ਵੀ ਪਾਸਪੋਰਟ ਬਣਨ ਦੇ ਵਿੱਚ ਕੋਈ ਦਿੱਕਤ ਹੈ, ਟਿਕਟ ਬੁੱਕ ਕਰਵਾਉਣੀਆਂ ਨੇ ਫੋਰਨ ਦੀ ਜਾਂ ਕਿਤੇ ਵੀ ਜਾਣਾ, ਤਾਂ ਵੀਜ਼ੇ ਦੇ ਲਈ ਤੁਸੀਂ ਗੁਰੀ ਵਿਰਕ ਜੀ ਨੂੰ ਸੰਪਰਕ ਕਰ ਸਕਦੇ ਹੋ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।